ਦੇ ਸਟੂਡੈਂਟਸ ਵੈਲਕਮ ਅਵਰ ਟੁਡੇਸ ਟਾਪਿਕ ਇਜ਼ ਕੰਟੈਂਟ ਫਾਰ ਕੋ ਕਰਿਕੂਲਰ ਐਕਟੀਵਿਟੀਜ਼ ਕਿ ਜਿਹੜੀਆਂ ਸਕੂਲ ਦੇ ਵਿੱਚ ਜੋ ਕੋ ਕਰਿਕੂਲਰ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕੰਟੈਂਟ ਆ ਉਹ ਹੋਣਾ ਚਾਹੀਦਾ ਫਰਸਟ ਹੈ სპੋਰਟਸ ਹੁਣ ਹਰ ਇੱਕ ਸਕੂਲ ਦੇ ਵਿੱਚ ਜਾਂ ਜੋ ਵੀ ਐਜੂਕੇਸ਼ਨਲ ਇੰਸਟੀਟਿਊਟਸ ਨੇ ਸਾਰੀਆਂ ਵਿੱਚ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਨੂੰ ਕਰਵਾਈਆਂ ਜਾਂਦੀਆਂ ਨੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕੋ ਕਰਿਕੂਲਰ ਐਕਟੀਵਿਟੀਜ਼ ਨੈਕਸਟ ਹੈ 뮤ਜ਼ਿਕਲ ਐਕਟੀਵਿਟੀਜ਼ ਜੋ 뮤ਜ਼ਿਕ ਦੇ ਨਾਲ ਰਿਲੇਟਡ ਨੇ ਜਿਵੇਂ ਕਿ ਬੱਚੇ ਤਾਂ ਵੱਖ-ਵੱਖ ਤਰ੍ਹਾਂ ਦੇ ਮਿਊਜ਼ਿਕਲ ਇਨਸਟਰੂਮੈਂਟਸ ਨੇ ਉਹਨਾਂ ਨੂੰ ਵਜਾ ਸਕਦੇ ਨੇ ਕੋਈ ਇਹ ਸ਼ਬਦ ਗਾ ਸਕਦੇ ਨੇ ਉਹ ਤੇ ਗੀਤ ਗਾ ਸਕਦੇ ਨੇ ਤਾਂ ਇਹ ਕੀ ਹੋ ਗਿਆ ਮਿਊਜ਼ਿਕਲ ਐਕਟੀਵਿਟੀਆਂ ਨੈਕਸਟ ਹੈ ਡਿਬੇਟ ਡਿਬੇਟ ਵੀ ਕਰਵਾਇਆ ਜਾ ਸਕਦੇ ਨੇ ਵੱਖ-ਵੱਖ ਜਿਹੜੇ ਟਾਪਿਕ ਨੇ ਉਹਨਾਂ ਨੂੰ ਇਹਦੇ ਵਿੱਚ ਲਿਆ ਜਾ ਸਕਦਾ ਹੈ ਤੇ ਉਹਦੇ ਅਕੋਰਡਿੰਗ ਜਿਹੜੀ ਡਿਬੇਟ ਹੈ ਉਹ ਬੱਚਿਆਂ ਦੇ ਵਿੱਚ ਕਰਵਾਈ ਜਾ ਸਕਦੀ ਹੈ ਨੈਕਸਟ ਹੈ ਮਾਡਲ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮਾਡਲ ਨੇ ਉਹ ਬੱਚਿਆਂ ਕੋਲੋਂ ਤਿਆਰ ਕਰਵਾ ਸਕਦੇ ਹਾਂ ਤੇ ਉਹਦੇ ਅਕੋਰਡਿੰਗ ਜਿਹੜੇ ਬੱਚੇ ਨੇ ਆਪਣੀ ਜਿਹੜੀ ਪਰਫਾਰਮੈਂਸ ਆ ਉਹ ਦੇਣਗੇ ਤੇ ਇਹ ਵੀ ਉਹਨਾਂ ਦੀ ਜਿਹੜੀ ਕੋਰ ਕਰਕੇ ਉਹ ਲੈਕਟਿਵਿਟੀ ਆ ਉਹ ਹੋ ਜਾਏਗੀ ਹੁਣ ਜਿਹੜੇ ਮਾਡਲ ਨੇ ਉਹ ਕਿਸੇ ਵੀ ਸਬਜੈਕਟ ਦੇ ਨਾਲ ਰਿਲੇਟਡ ਤਿਆਰ ਕੀਤੇ ਜਾ ਸਕਦੇ ਨੇ ਜਿਵੇਂ ਕਿ ਸਾਇੰਸ ਦੇ ਮੈਥਸ ਦੇ ਸੋਸ਼ਲ ਸਟੱਡੀਜ਼ ਹੈ ਜਾਂ ਲੈਂਗੁਏਜ ਦੇ ਨਾਲ ਰਿਲੇਟਡ ਨੈਕਸਟ ਆ ਆਰਟ ਹੁਣ ਆਰਟ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਜਿਦੇ ਵਿੱਚ ਜਿਹੜੇ ਬੱਚੇ ਨੇ ਆਪਣਾ ਅਲੱਗ-ਅਲੱਗ ਜੋ ਉਹਨਾਂ ਦੇ ਵਿੱਚ ਟੈਲੈਂਟ ਹੈ ਮੀਨ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਵਿੱਚ ਕਲਾ ਹੈ ਉਹਨੂੰ ਉਹ ਸ਼ੋਅ ਕਰਨਗੇ ਨੈਕਸਟ ਆ ਓਨਲੀ 뮤ਜ਼ਿਕ ਇਹਦੇ ਚ ਇਕੱਲੇ 뮤ਜ਼ਿਕ ਨਾਲ ਰਿਲੇਟਡ ਜਾਂ ਹੀ ਕਲਾਸੀਕਲ ਵੀ ਇਨਸਟਰੂਮੈਂਟਸ ਵਗੈਰਾ ਬੱਚਾ ਵਜਾ ਲਵੇ ਨੈਕਸਟ ਹੈ ਡਰਾਮਾ ਹੁਣ ਅਸੀਂ ਜਿਹੜੇ ਡਰਾਮਾ ਵਗੈਰਾ ਦੀਆਂ ਐਕਟੀਵਿਟੀਆਂ ਨੇ ਉਹ ਵੀ ਅਸੀਂ ਕੋ- ਕਰਿ ਕੁਲ ਐਕਟੀਵਿਟੀਆਂ ਦੇ ਵਿੱਚ ਹੀ ਕਾਊਂਟ ਕਰਦੇ ਆਂ ਤੇ ਇਹਨਾਂ ਨੂੰ ਅਸੀਂ ਰੱਖ ਸਕਦੇ ਹਾਂ ਜਿਵੇਂ ਕਿ ਸ਼ਾਰਟ ਪਲੇ ਵਗੈਰਾ ਨੈਕਸਟ ਹੈ ਡਿਬੇਟ ਐਂਡ ਡਿਸਕਸ਼ਨ ਫਿਰ ਵੱਖ-ਵੱਖ ਤਰ੍ਹਾਂ ਦੀ ਜਿਹੜੇ ਡਿਬੇਟਸ ਨੇ ਤੇ ਡਿਸਕਸ਼ਨਸ ਨੇ ਉਹ ਵੀ ਆਰਗੇਨਾਈਜ਼ ਕੀਤੀਆਂ ਜਾ ਸਕਦੀਆਂ ਨੇ ਡੈਕਲੇਮੇਸ਼ਨ ਕੰਟੈਸਟ ਫਿਰ ਅਸੀਂ ਬੱਚਿਆਂ ਜਿਹੜਾ ਡੈਕਲੇਮੇਸ਼ਨ ਕੰਟੈਸਟ ਹੈ ਉਹ ਵੀ ਅਸੀਂ ਰੱਖ ਸਕਦੇ ਹਾਂ ਜਿਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਟਾਈਮ ਤੇ ਹੀ ਜਿਹੜਾ ਟਾਪਿਕ ਉਹ ਦਿੱਤਾ ਜਾਂਦਾ ਹੈ ਨੈਕਸਟ ਹੈ ਸਟੋਰੀ রাইਟਿੰਗ ਕੰਪੀਟੀਸ਼ਨ ਅਗਲਾ ਕੋ ਕਰੀ ਕਿਦੋਂ ਐਕਟੀਵਿਟੀਜ਼ ਐ ਕੰਟੈਂਟ ਦੇ ਵਿੱਚ ਸਟੋਰੀ রাইਟਿੰਗ ਕੰਪੀਟੀਸ਼ਨ ਵੀ ਆਉਂਦਾ ਹੈ ਕਿਸੀ ਵੱਖੋਖ ਲੈਵਲ ਦੇ ਬੱਚਿਆਂ ਦੇ ਅਕੋਰਡਿੰਗ ਜਿਹੜਾ ਇਹ ਕੰਪੀਟੀਸ਼ਨ ਆ ਉਹਨੂੰ ਅਸੀਂ ਚੂਜ਼ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਨੂੰ ਆਰਗੇਨਾਈਜ਼ ਕਰ ਸਕਦੇ ਹਾਂ ਨੈਕਸਟ ਹੈ 에ਸੇ রাইਟਿੰਗ ਕੰਪੀਟੀਸ਼ਨ ਇਹ ਵੀ ਅਸੀਂ ਦੇਖਣਾ ਹੈ ਕਲਾਸ ਦੇ ਅਕੋਰਡਿੰਗ ਹੁਣ ਜਿਹੜੇ ਛੋਟੇ ਬੱਚੇ ਨੂੰ ਨਾ ਸਟੋਰੀ ਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਹੈ ਜੋ ਨਵਾਂ ਬੱਚੇ ਵੱਡੇ ਹੁੰਦੇ ਨੇ ਉਹਨਾਂ ਦਾ ਅਲੱਗ ਤਰੀਕੇ ਦਾ ਸਟੋਰੀ ਦੇ ਨਾਲ ਰਿਲੇਟਡ ਲਿੰਕ ਬਣਦਾ ਹੈ। ਬਟ ਜੋ 에ਸੇ ਰਾਈਟਿੰਗ ਹੈ ਤਾਂ ਉਹਦੇ ਚ ਜਿਹੜੇ ਛੋਟੇ ਬੱਚੇ ਨੇ ਤੇ ਵੱਡੇ ਨੇ ਸੀ ਉਹਨਾਂ ਦੇ ਲੈਵਲ ਦੇ ਅਕੋਰਡਿੰਗ ਤੇ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਜਿਹੜੇ 에ਸੇ ਰਾਈਟਿੰਗ ਕੰਪੀਟੀਸ਼ਨ ਹੈ ਉਹਸੀਂ ਕਰਵਾ ਸਕਦੇ ਆਂ। ਨੈਕਸਟ ਹੈ ਆਰਟ ਕਰਾਫਟ ਹੁਣ ਇਹਦੇ ਵਿੱਚ ਆਰਟ ਨਾਲ ਰਿਲੇਟਡ ਜਿਹੜੇ ਬੱਚੇ ਕੋਈ ਵੀ ਜਿਹੜਾ ਕਰਾਫਟ ਕਰ ਸਕਦੇ ਨੇ ਉਹੋ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨੇ ਸਾਰੀਆਂ ਐਕਟੀਵਿਟੀਜ਼ ਇਹਦੇ ਵਿੱਚ ਆਉਂਦੀਆਂ ਨੇ। ਨੈਕਸਟ ਹੈ ਰੈਸੀਟੇਸ਼ਨ ਕੰਪੀਟੀਸ਼ਨਸ ਰੇਸੀਟੇਸ਼ਨ ਕੰਪੀਟੀਸ਼ਨ ਮੀਨਸ ਜਿਹਦੇ ਵਿੱਚ ਜਿਵੇਂ ਅਸੀਂ ਪੋਇਮ ਰੈਸੀਟੇਸ਼ਨ ਦੀ ਗੱਲ ਕਰਦੇ ਆ ਤਾਂ ਇਹ ਚ ਇਹਦੇ ਵਿੱਚ ਵੀ ਦੇਖੋ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਦਾ ਮੀਨ ਜਿਵੇਂ ਪਲੱਸ 2 ਤੱਕ ਦਾ ਸਕੂਲ ਹੈ 10th ਤੱਕ ਦਾ ਸਕੂਲ ਹੈ ਤਾਂ ਸਾਰਿਆਂ ਲਈ ਜਿਹੜੇ ਰੈਸੀਟੇਸ਼ਨ ਕੰਪੀਟੀਸ਼ਨ ਨੇ ਉਹ ਅਸੀਂ ਆਰਗੇਨਾਈਜ਼ ਕਰ ਸਕਦੇ ਆ ਨੈਕਸਟ ਹੈ ਵਾਲ ਮੈਗਜ਼ੀਨ ਡੈਕੋਰੇਸ਼ਨ ਇਹ ਵੀ ਇੱਕ ਕੋ-ਕ curriculary ਐਕਟੀਵਿਟੀ ਦੇ ਵਿੱਚ ਐਕਟੀਵਿਟੀ ਸ਼ਾਮਿਲ ਹੈ ਕਿ ਜਿਹੜਾ ਵਾਲ ਮੈਗਜ਼ੀਨ ਹੁੰਦਾ ਹੈ ਜਿਹਦੇ ਉੱਪਰ ਕਿਸੇ ਵੀ ਐਕਟੀਵਿਟੀਆਂ ਦੇ ਨਾਲ ਰਿਲੇਟਡ ਅਸੀਂ ਕੋਈ ਪਿਕਚਰਸ ਵਗੈਰਾ ਲਗਾਉਨੇ ਆ ਕਟਿੰਗ ਲਗਾਉਨੇ ਆ ਜਾਂ ਕੋਈ ਹੋਰ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੁੰਦਾ ਤੇ ਉਹਨੂੰ ਅਸੀਂ ਡੈਕੋਰੇਟ ਕਰਨ ਦੇ ਲਈ ਵੀ ਜਿਹੜਾ ਇੱਕ ਬੱਚਿਆਂ ਦੀ ਰਿਸਪੌਂਸਿਬਿਲਟੀ ਬੱਚਿਆਂ ਨੂੰ ਦੇ ਸਕਦੇ ਆ ਤੇ ਬੱਚੇ ਉਹਦੇ ਅਕੋਰਡਿੰਗ ਆਪਣੀ ਐਕਟੀਵਿਟੀ ਉਹਨੂੰ ਪੂਰਾ ਕਰਨਗੇ ਨੈਕਸਟ ਹੈ ਰਾਈਟਸ ਅਪ ਰਾਈਟਸ ਅਪਸ ਫਾਰ ਸਕੂਲ ਹੁਣ ਸਕੂਲ ਦੇ ਲਈ ਲਿਖਣਾ ਸਕੂਲ ਦੇ ਵਿੱਚ ਮੈਗਜ਼ੀਨ ਵਗੈਰਾ ਹੁੰਦੇ ਆ ਉਹਨਾਂ ਦੇ ਅਲੱਗ ਤੋਂ ਨਾਂ ਰੱਖੇ ਹੁੰਦੇ ਆ ਤੇ ਉਹਨਾ ਮੈਗਜ਼ੀਨ ਦੇ ਲਈ ਅਸੀਂ ਬੱਚਿਆਂ ਨੂੰ ਲਿਖਣ ਦੇ ਲਈ ਮੋਟੀਵੇਟ ਕਰ ਸਕਦੇ ਹਾਂ ਇਹ ਵੀ ਇੱਕ ਕੋ-ਕਰੀਕੂਲਰ ਐਕਟੀਵਿਟੀ ਹੈ ਨੈਕਸਟ ਹੈ ਫੋਕ ਸੌਂਗ ਫੋਕ ਸੌਂਗ ਮੀਨਸ ਜਿਹੜੇ ਸਾਡੇ ਲੋਕ ਗੀਤ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਕਿ ਅਸੀਂ ਵੱਖ-ਵੱਖ ਤਰ੍ਹਾਂ ਦੇ ਨਾਲ ਅਸੀਂ ਜੋ ਸਾਡੇ ਪੰਜਾਬੀ ਪੁਰਾਣੇ ਫੋਕ ਸੌਂਗ ਨੇ ਉਹ ਇਸ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਜਿਹੜੇ ਕਿ ਪੁਰਾਣੇ ਜਿਹੜੇ ਸਾਜ਼ ਨੇ ਉਹਨਾਂ ਦੇ ਨਾਲ ਗਾਏ ਜਾਂਦੇ ਸੀ ਨੈਕਸਟ ਹੈ ਫੋਕ ਡਾਂਸ ਫਿਰ ਜਿਹੜੇ ਫੋਕ ਡਾਂਸ ਨੇ ਵੀ ਸਾਡੇ ਪੁਰਾਣੇ ਲੋਕ ਗੀਤ ਨੇ ਸੌਰੀ ਲੋਕ ਡਾਂਸ ਨੇ ਜਿਵੇਂ ਕਿ ਗਿੱਧਾ ਪੰਗੜਾ ਵਗੈਰਾ ਉਹ ਸਾਰਾ ਇਹਦੇ ਵਿੱਚ ਸ਼ਾਮਿਲ ਹੈ ਨੈਕਸਟ ਹੈ ਫਲਾਵਰ ਸ਼ੋਅ ਇਹਦੇ ਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫਲਾਵਰ ਨੇ ਮੀਨ ਤੁਸੀਂ ਉਹਨਾਂ ਦੇ ਇੱਕ ਤਰੀਕੇ ਨਾਲ ਐਗਜ਼ੀਬਿਸ਼ਨ ਟਾਈਪ ਕਹਿ ਲਓ ਫਲਾਵਰ ਸ਼ੋਅ ਸੀ ਲਗਾ ਸਕਦੇ ਆ ਜਿਹਦੇ ਚ ਜਿਹੜੇ ਬੱਚੇ ਨੇ ਵੱਖ-ਵੱਖ ਤਰ੍ਹਾਂ ਦੇ ਫਲਾਵਰਸ ਦੀ ਕਲੈਕਸ਼ਨ ਕਰਕੇ ਤੇ ਉਹਨਾਂ ਦੇ ਵਿਦ ਨੇਮ ਤੇ ਪਲਾਂਟਸ ਦੇ ਕਿਹੜੇ-ਕਿਹੜੇ ਉਹਦੇ ਬੈਨੀਫਿਟਸ ਨੇ ਕਿਉਂਕਿ ਕੁਝ ਫਲਾਵਰਸ ਇਦਾਂ ਨੇ ਉਹਨਾਂ ਦੇ ਜਿਨ੍ਹਾਂ ਦੇ ਕੁਝ ਸਾਨੂੰ ਬੈਨੀਫਿਟ ਹੁੰਦੇ ਆ ਤੇ ਉਹਦੇ ਅਕੋਰਡਿੰਗ ਜਿਹੜਾ ਸ਼ੋਅ ਆ ਉਹ ਆਰਗੇਨਾਈਜ਼ ਕੀਤਾ ਜਾ ਸਕਦਾ ਹੈ ਨੈਕਸਟ ਹੈ ਸਕੂਲ ਡ ਸਕੂਲ ਨੂੰ ਡੈਕੋਰੇਟ ਕਰਨ ਦੇ ਲਈ ਵੀ ਇੱਕ ਜਿਹੜਾ ਕੰਪੀਟੀਸ਼ਨ ਨੇ ਜਾਂ ਜਿਹੜੀ ਐਕਟੀਵਿਟੀ ਆ ਆਰਗੇਨਾਈਜ਼ ਕੀਤੀ ਜਾ ਸਕਦੀ ਹੈ ਜਿਵੇਂ ਕਿ ਬਹੁਤੇ ਫੈਸਟੀਵਲਸ ਦੇ ਟਾਈਮ ਹੀ ਜਿਹੜੇ ਸਕੂਲ ਨੇ ਉਹਨਾਂ ਨੂੰ ਡੈਕੋਰੇਟ ਕੀਤਾ ਜਾਂਦਾ ਹੈ ਨੈਕਸਟ ਐ ਸਕਲਪਚਰ ਮੇਕਿੰਗ ਮੀਨਸ ਬੁੱਤ ਬਣਾਉਣਾ ਸਟੈਚੂ ਬਣਾਉਣਾ ਤਾਂ ਇਹਦੇ ਵਿੱਚ ਵੀ ਜਿਹੜੇ ਵਿਦਿਆਰਥੀ ਨੇ ਉਹ ਮਿੱਟੀ ਦੀ ਵਰਤੋਂ ਦੇ ਨਾਲ ਜਾਂ ਕੋਈ ਹੋਰ ਜਿਹੜਾ ਮਟੀਰੀਅਲ ਹੈ ਜਿੱਦਾਂ ਕਿ ਪੀਓਪੀ ਵਗੈਰਾ ਉਹਨੂੰ ਯੂਜ਼ ਕਰਕੇ ਜਿਹੜੇ ਸਕਲਪਚਰ ਮੇਕਿੰਗ ਉਹ ਕਰ ਸਕਦੇ ਨੇ ਫੈਂਸੀ ਡਰੈਸ ਕੰਪੀਟੀਸ਼ਨ ਇਹ ਵੀ ਕੋ ਕਰਿਕੂਲਰ ਐਕਟੀਵਿਟੀਜ਼ ਦਾ ਇੱਕ ਪਾਰਟ ਹੈ ਜਿਦੇ ਵਿੱਚ ਵੱਖ-ਵੱਖ ਜਿਹੜੇ ਬੱਚੇ ਨੇ ਵੱਖ-ਵੱਖ ਕਲਾਸਸ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਅਸੀਂ ਫੈਨਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਵਾ ਸਕਦੇ ਆ। ਨੈਕਸਟ ਹੈ ਪ੍ਰੈਪਰੇਸ਼ਨ ਆਫ ਚਾਰਟ ਐਂਡ ਮਾਡਲਸ। ਫਿਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਚਾਰਟ ਤੇ ਮਾਡਲ ਨੇ ਉਹ ਅਸੀਂ ਬੱਚਿਆਂ ਨੂੰ ਤਿਆਰ ਕਰਵਾ ਸਕਦੇ ਆ। ਇਹ ਵੀ ਬੱਚਿਆਂ ਦੀ ਇੱਕ ਕੋ-ਕਰੀਕੂਲਰ ਐਕਟੀਵਿਟੀ ਹੋ ਜੇਗੀ। ਐਲਬਮ ਮੇਕਿੰਗ ਬੱਚਿਆਂ ਨੂੰ ਅਸੀਂ ਕਹਿਣਾ ਕਿ ਤੁਸੀਂ ਜਿੱਥੇ-ਜਿੱਥੇ ਵੀ ਕਿਤੇ ਜਾ ਰਹੇ ਹੋ ਤਾਂ ਉੱਥੋਂ ਤੁਸੀਂ ਪਿਕਚਰਜ਼ ਕਲੈਕਟ ਕਰੋ ਤੇ ਉਹਨਾਂ ਪਿਕਚਰਜ਼ ਨੂੰ ਤੁਸੀਂ ਇੱਕ ਐਲਬਮ ਦੇ ਵਿੱਚ ਲਗਾਓ। ਤੇ ਉਹਨਾਂ ਦੀ ਇੱਕ ਕੋ ਕਰਿਕੂਲਰ ਐਕਟੀਵिटीज ਹੋਵੇਗੀ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਇਹ ਐਲਬਮ ਮੇਕਿੰਗ ਹੈ ਮੀਨਜ਼ ਜਿਹਦੇ ਵਿੱਚ ਬੱਚਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਨੂੰ ਐਲਬਮ ਦੇ ਵਿੱਚ ਕੈਪਚਰ ਕਰਕੇ ਰੱਖੇਗਾ ਨੈਕਸਟ ਹੈ ਫੋਟੋਗ੍ਰਾਫੀ ਹੁਣ ਫੋਟੋਗ੍ਰਾਫੀ ਵੀ ਬਹੁਤ ਬੱਚਿਆਂ ਦਾ ਸ਼ੌਂਕ ਹੁੰਦਾ ਹੈ ਤਾਂ ਅਸੀਂ ਇਸੇ ਸ਼ੌਂਕ ਨੂੰ ਅੱਗੇ ਕੰਟੀਨਿਊ ਕਰਨ ਦੇ ਲਈ ਜਿਹੜੀ ਕੋ ਕਰਿਕੂਲਰ ਐਕਟੀਵਿਟੀ ਦੇ ਵਿੱਚ ਇਸ ਨੂੰ ਅਸੀਂ ਸ਼ਾਮਿਲ ਕਰ ਸਕਦੇ ਹਾਂ ਹੁਣ ਇਹ ਚ ਇਹ ਦੇਖਦੇ ਆ ਕਿ ਬੱਚੇ ਨੇ ਜਿਹੜੀ ਫੋਟੋਗ੍ਰਾਫ ਆ ਉਹਦੇ ਵਿੱਚ ਸੀਨ ਕਿਸ ਤਰ੍ਹਾਂ ਦਾ ਲਿਆਏ ਨੈਕਸਟ ਹੈ ਕਲੇ ਮੋਡਲਿੰਗ ਮੀਨਸ ਮਿੱਟੀ ਨਾਲ ਰਿਲੇਟਡ ਜੋ ਵੀ ਉਹ ਤੋਂ ਕੋਈ ਕੁਝ ਵੀ ਬਣਾ ਸਕਦੇ ਆ ਭਾਵੇਂ ਮਿੱਟੀ ਦੇ ਭਾਂਡੇ ਬਣਾਉਣੇ ਆ ਕੋਈ ਪੌਟਸ ਬਣਾਉਣੇ ਆ ਜਾਂ ਕੋਈ ਸੀ ਸਟੈਚੂ ਵਗੈਰਾ ਜਾਂ ਮਿੱਟੀ ਦੇ ਕੋਈ ਇਸ ਤਰ੍ਹਾਂ ਦੇ ਖਿਡੌਣੇ ਵੀ ਬਣ ਸਕਦੇ ਆ ਠੀਕ ਹੈ ਜੀ ਉਹ ਕੀ ਹੈ ਕਲੇ ਮੋਡਲਿੰਗ ਮੀਨਸ ਕਲੇ ਤੋਂ ਕੁਝ ਵੀ ਤਿਆਰ ਕਰਨਾ ਨੈਕਸਟ ਹੈ ਟੋਏ ਮੇਕਿੰਗ ਮੀਨਸ ਟੋਏ ਬਣਾਉਣਾ ਜਿਵੇਂ ਕਿ ਜਿਹੜੀਆਂ ਲੜਕੀਆਂ ਨੇ ਉਹ ਜਿਹੜੀਆਂ ਡਾਲਸ ਨੇ ਉਹ ਬਣਾ ਸਕਦੀਆਂ ਨੇ ਉਹਨਾਂ ਨੂੰ ਡੈਕੋਰੇਟ ਕਰ ਸਕਦੀਆਂ ਨੇ ਤੇ ਨਾਲ ਨਾਲ ਜਿਹੜੇ ਬੁਆਏਜ਼ ਨੇ ਉਹਨਾਂ ਨੂੰ ਆਪਣੇ ਪਸੰਦ ਅਕੋਰਡਿੰਗ ਜਿਵੇਂ ਕਿ ਬੱਚੇ ਪਹਿਲਾਂ ਖਿਡੋ ਖੁੰਡੀ ਵਗੈਰਾ ਖੇਡਦੇ ਹੁੰਦੇ ਸੀ ਤਾਂ ਜਿਹੜੀ ਖਿਡੋ ਆ ਉਹਨੂੰ ਉਹ ਬਣਾ ਸਕਦੇ ਨੇ ਤੇ ਲੜਕੀਆਂ ਇਨੋ ਵਗੈਰਾ ਇਹਨਾਂ ਨਾਲ ਮਤਲਬ ਹੋਰ ਐਕਟੀਵिटीज ਹੁੰਦੇ ਨੇ ਇਕੱਲੀਆਂ ਟਾਇ ਮੇਕਿੰਗ ਹੀ ਸ਼ਾਮਿਲ ਨਹੀਂ ਹੈ ਨੈਕਸਟ ਹੈ ਸੋਪ ਮੇਕਿੰਗ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਜਿਹਦੇ ਵਿੱਚ ਬੱਚੇ ਨੂੰ ਸਿਖਾਇਆ ਜਾਂਦਾ ਕਿ ਜਿਹੜੀ ਸਾਬਣ ਆ ਕਿਸ ਤਰੀਕੇ ਨਾਲ ਬਣਦੀ ਹੈ ਤੇ ਬੱਚੇ ਇਸ ਐਕਟੀਵਿਟੀ ਦੇ ਵਿੱਚ ਬੜਾ ਪੂਰੇ ਐਨਥੂਸਿਅਮ ਨਾਲ ਪਾਰਟਿਸਪੇਟ ਕਰਦੇ ਨੇ ਨੈਕਸਟ ਹੈ ਬਾਸਕਟ ਮੇਕਿੰਗ ਬੱਚਿਆਂ ਨੂੰ ਸੀ ਅਲੱਗ-ਅਲੱਗ ਤਰ੍ਹਾਂ ਦੀ ਐਕਟੀਵਿਟੀਜ਼ ਦੇ ਦੌਰਾਨ ਕਿ ਜਿਹੜੀ ਬਾਸਕਟ ਮੇਕਿੰਗ ਐਕਟੀਵਿਟੀ ਹੈ ਓਬਵੀਅਸੀ ਦੇ ਸਕਦੇ ਆ ਜਿਹਦੇ ਵਿੱਚ ਜਿਹੜੇ ਬੱਚੇ ਨੇ ਉਹ ਪੇਪਰ ਬਾਸਕਟ ਵਗੈਰਾ ਜਾਂ ਕੋਈ ਹੋਰ ਮਟੀਰੀਅਲਸ ਹਨ ਵਗੈਰਾ ਯੂਜ਼ ਕਰਦੇ ਹੋਏ ਜਿਹੜੀ ਬਾਸਕਟ ਆ ਉਹਨੂੰ ਤਿਆਰ ਕਰ ਸਕਦੇ ਨੇ ਨੈਕਸਟ ਹੈ ਆਰਗਨਾਈਜੇਸ਼ਨ ਐਕਸੀਬਿਸ਼ਨ ਫਿਰ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਐਕਸੀਬਿਸ਼ਨਸ ਨੇ ਉਹਨਾਂ ਨੂੰ ਵੀ ਆਰਗਨਾਈਜ਼ ਕੀਤਾ ਜਾ ਸਕਦਾ ਹੈ ਜਿਵੇਂ ਕਿ ਸਾਇੰਸ ਦੇ ਨਾਲ ਰਿਲੇਟਡ ਐਕਸੀਬਿਸ਼ਨ ਹੈ ਮੈਥਸ ਦੇ ਨਾਲ ਤਾਂ ਇਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਵੱਖ-ਵੱਖ ਤਰ੍ਹਾਂ ਦਾ ਆਪਣਾ ਜਿਹੜਾ ਬਣਾਇਆ ਹੈ ਮ ਉਹ ਉਥੇ ਲੈ ਕੇ ਆਉਣਗੇ ਤੇ ਉਹ ਅਕੋਰਡਿੰਗ ਜਿਹੜੀ ਉਹਨਾਂ ਦੀ ਐਗਜ਼ੀਬਿਸ਼ਨ ਆ ਉਹ ਲੱਗੇਗੀ ਨੈਕਸਟ ਇਜ਼ सेलिब्रेशन ਆਫ ਅ ਫੈਸਟੀਵਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੈਸਟੀਵਲ ਨੇ ਉਹਨਾਂ ਨੂੰ ਵੀ ਸੈਲੀਬ੍ਰੇਟ ਕੀਤਾ ਜਾ ਸਕਦਾ ਤੇ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ ਹੁਣ ਅਸੀਂ ਗੱਲ ਕਰਾਂਗੇ ਲਿਸਟ ਆਫ ਆਊਟਡੋਰ ਕੋ ਕਰਿਕੂਲਰ ਐਕਟੀਵਿਟੀਜ਼ ਹੁਣ ਅਸੀਂ ਗੱਲ ਕੀਤੀ ਸੀ ਕਿ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਹੋ ਸਕਦੀਆਂ ਨੇ ਜਿਹਦਾ ਮੀਨਸ ਕੰਟੈਂਟ ਕਿਰਹਾ ਹੈ ਕਿ ਉਹਦੇ ਕੰਟੈਂਟ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਨੂੰ ਸ਼ਾਮਿਲ ਹੋ ਸਕਦੀਆਂ ਨੇ ਹੁਣ ਅਸੀਂ ਗੱਲ ਕਰਾਂਗੇ ਆਊਟਡੋਰ ਕੋ ਕਰਿਕੂਲਰ ਐਕਟੀਵਿਟੀਆਂ ਕਿਹੜੀਆਂ ਹੁੰਦੀਆਂ ਨੇ ਨੈਕਸਟ ਅਸੀਂ ਗੱਲ ਕਰਾਂਗੇ ਇਨਡੋਰ ਕਰਿਕੂਲਰ ਐਕਟੀਵਿਟੀਆਂ ਕੋ ਕਰਿਕੂਲਰ ਐਕਟੀਵਿਟੀਆਂ ਹੁਣ ਇਹਦੇ ਵਿੱਚ ਹੈ ਮਾਸਪਰੇਡ ਮਾਸਪਰੇਡ ਹੁਣ ਤੁਸੀਂ ਦੇਖੋ ਇਹ ਸਾਰੀ ਆਊਟਡੋਰ ਐਕਟੀਵਿਟੀਆਂ ਦੀ ਸੀ ਗੱਲ ਕਰ ਰਹੇ ਹਾਂ ਮੀਨਜ਼ ਗਰੁੱਪ ਦੀ ਜਿਹੜੀ ਪਰੇਡ ਹੈ ਉਹ ਕਰਾਉਣਾ ਜਿਵੇਂ ਕਿ ਮਾਰਨਿੰਗ ਅਸੈਂਬਲੀ ਟਾਈਮ ਹੁੰਦੀ ਹੈ ਸੇਮ ਹੋ ਆਊਟਡੋਰ ਇੱਕ ਐਕਟੀਵਿਟੀ ਕੋ ਕਰਿ ਕੁਲ ਐਕਟੀਵਿਟੀ ਹੋ ਜੇਗੀ ਨੈਕਸਟ ਆ ਮਾਸ ਡ੍ਰਿਲ ਫਿਰ ਮਾਸ ਦੀ ਡ੍ਰਿਲ ਕਰਾਉਣਾ ਮੀਨ ਜੈਕਸਰਸਾਈਜ਼ ਕਰਾਉਣਾ ਦੈਨ ਯੋਗਾ ਵੀ ਇਹਦੇ ਵਿੱਚ ਸ਼ਾਮਿਲ ਹੈ ਐਥਲੈਟਿਕਸ ਬਾਈਸਾਈਕਲਿੰਗ ਗਾਰਡਨਿੰਗ ਕ੍ਰਿਕਟ ਫੁੱਟਬਾਲ ਬਾਸਕਟਬਾਲ ਵਾਲੀਬॉल ਕਬੱਡੀ ਖੋਖੋ ਹੈਂਡਬਾਲ ਟ੍ਰਿਪਸ ਟੂ ਦਾ ਪਲੇਸ ਟੂ ਪਲੇਸ ਆਫ ਜੀਓਗ੍ਰਾਫੀਕਲ ਹਿਸਟੋਰੀਕਲ ਇਕਨੋਮਿਕ ਔਰ ਕਲਚਰਲ ਇੰਟਰਸਟ ਮਾਸ ਪ੍ਰੇਅਰ ਮਾਰਨਿੰਗ ਅਸੈਂਬਲੀ ਐਕਸਰਸਾਈਜ਼ ਸੋਸ਼ਲ ਸਰਵਿਸ ਇਨ ਦਾ ਨੇਬਰਹੂਡ ਵਿਲੇਜ ਸਰਵੇ ਹੁਣ ਇਹ ਸਾਰੀਆਂ ਐਕਟੀਵਿਟੀਆਂ ਕੀ ਨੇ ਆਊਟਡੋਰ ਨੇ ਹੁਣ ਇਸ ਤਰ੍ਹਾਂ ਜਿਹੜੇ ਕੋ ਕਰਿਕੂਲਰ ਐਕਟੀਵਿਟੀਆਂ ਨੇ ਅਸੀਂ ਇਹਨਾਂ ਨੂੰ ਸਕੂਲ ਤੋਂ ਬਾਹਰ ਮੀਨਸ ਰੂਮਸ ਤੋਂ ਬਾਹਰ ਕਰਨ ਦੇ ਲਈ ਸੀ ਬੱਚਿਆਂ ਨੂੰ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਦੇ ਚ ਪਾਰਟਿਸਪੇਟ ਕਰਨ ਦੇ ਲਈ ਕਹਿ ਸਕਦੇ ਹਾਂ ਨੈਕਸਟ ਹੁਣ ਹੈ ਲਿਸਟ ਆਫ ਇਨਡੋਰ ਕੋ ਕਰਿਕੂਲਰ ਐਕਟੀਵਿਟੀਆਂ ਮੀਨਸ ਜਿਹੜੀਆਂ ਅਸੀਂ ਨੇ ਇਨਡੋਰ ਮੀਨਸ ਅੰਦਰ ਕਿਸੇ ਵੀ ਕਲਾਸਰੂਮ ਦੇ ਕਮਰੇ ਦੇ ਵਿੱਚ ਜਾਂ ਜਿਹੜਾ ਹਾਲ ਕਮਰਾ ਹੈ ਉਹਸੀਂ ਉੱਥੇ ਉਹਨਾਂ ਤੋਂ ਪਰਫਾਰਮ ਕਰਵਾ ਸਕਦੇ ਹਾਂ ਡਰਾਮਾਟਿਕਸ ਮਿਊਜ਼ਿਕ ਐਂਡ ਡਾਂਸ ਡਰਾਇੰਗ ਐਂਡ ਪੇਂਟਿੰਗ ਡੈਕੋਰੇਸ਼ਨ ਵੀਵਿੰਗ ਵੀਵਿੰਗ ਮੀਨਸ ਬੁਣਨਾ ਕਲੇ ਮੋਡਲਿੰਗ ਫਰਸਟ ایڈ ਨਾਲ ਕੋਈ ਵੀ ਜਿਹੜੀ ਇਨਫੋਰਮੇਸ਼ਨ ਹੈ ਜਾਂ ਕੋਈ ਬੱਚੇ ਕੁਝ ਤਿਆਰ ਕਰ ਰਹੇ ਨੇ ਜਾਂ ਸ਼ੋਅ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਟੇਲਰਿੰਗ ਟੇਲਰਿੰਗ ਹੁੰਦਾ ਸਟੀਚਿੰਗ ਕਰਨਾ ਰੰਗੋਲੀ ਬੁੱਕ ਬਾਈਂਡਿੰਗ ਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਬਾਈਂਡਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਕਾਰਡਵਰਡ ਵਰਕ ਤੇ ਲੈਦਰ ਵਰਕ ਮੀਨ ਜੋ ਲੈਦਰ ਨਾਲ ਰਿਟਡ ਵਰਕ ਹੈ ਨੈਕਸਟ ਹੈ ਆਰਗੇਨਾਈジング ਸਕੂਲ ਪੰਚਾਇਤ ਸਕੂਲ ਪੰਚਾਇਤ ਆਰਗੇਨਾਈਜ਼ ਕਰਨਾ ਮਤਲਬ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਤੇ ਇੱਕ ਸਰਪੰਚ ਤੇ ਬਾਕੀ ਜਿਹੜੇ ਕੋਈ ਹੋਰ ਐਸੋਸੀਏਟਸ ਹੁੰਦੇ ਨੇ ਉਹਨਾਂ ਨੂੰ ਚੁਣਿਆ ਜਾਂਦਾ ਤਾਂ ਇਹਦੇ ਨਾਲ ਇਹ ਦੱਸਿਆ ਜਾਂਦਾ ਬੱਚਿਆਂ ਨੂੰ ਕਿ ਜਿਹੜੀ ਇੱਕ ਪਿੰਡ ਦੀ ਪੰਚਾਇਤ ਹੁੰਦੀ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਚੁਣਿਆ ਜਾਂਦਾ ਹੈ ਤੇ ਉਹਦੇ ਕਿਹੜੇ-ਕਿਹੜੇ ਕੰਮ ਹੁੰਦੇ ਆ ਨੈਕਸਟ ਸਟੂਡੈਂਟ ਸੈਲਫ ਗਵਰਨਮੈਂਟ ਇਹ ਵੀ ਇੱਕ ਇਨਡੋਰ ਐਕਟੀਵਿਟੀ ਹੈ ਤੇ ਜਿਹਦੇ ਵਿੱਚ ਅਸੀਂ ਬੱਚੇ ਨੇ ਇਹ ਦੇਖਣਾ ਹੈ ਕਿ ਜਿਹੜੇ ਵਿਦਿਆਰਥੀ ਨੇ ਉਹ ਕਿਸ ਤਰ੍ਹਾਂ ਦੂਸਰੇ ਦੀ ਹੈਲਪ ਕਰ ਸਕਦੇ ਨੇ ਮੀਨ ਜਿਹੜੇ ਅਸੀਂ ਗਰੁੱਪ ਨੂੰ ਚੂਜ਼ ਕਰਾਂਗੇ ਜਿਨ੍ਹਾਂ ਦੀ ਸੈਲਫ ਗਵਰਨਮੈਂਟ ਬਣਾਉਣੀ ਹੈ ਉਹ ਸਟੂਡੈਂਟਸ ਬਾਕੀ ਵਿਦਿਆਰਥੀਆਂ ਦੀ ਹੈਲਪ ਕਰਨਗੇ ਨੈਕਸਟ ਆਰਟ ਐਂਡ ਕ્રાਫਟ ਹੁਣ ਜੋ ਆਰਟ ਐਂਡ ਕ્રાਫਟ ਐਕਟੀਵਿਟੀ ਹੈ ਵੀ ਇਨਡੋਰ ਹੈ ਤੇ ਅਸੀਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਨੇ ਉਹ ਜਿਹੜਾ ਉਹਦੇ ਲਈ ਕੰਟੈਂਟ ਆ ਉਹ ਲੈ ਸਕਦੇ ਆ ਜੀ ਸਟੂਡੈਂਟਸ ਏਸੀ ਕਿਸ ਕਿਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੋ अवेलेबल ਹੋ ਸਕਦਾ ਤੁਸੀਂ ਇਹਨੂੰ ਟੂ ਪਾਰਟਸ ਦੇ ਵਿੱਚ ਇਸ ਤਰੀਕੇ ਨਾਲ ਹੀ ਡਿਵਾਈਡ ਕਰਕੇ ਲਿਖੋਗੇ ਕਿ ਇਨਡੋਰ ਕੋ ਕਰਿ ਕੁਲ ਐਕਟੀਵਿਟੀਜ਼ ਐਂਡ ਆਊਟਡੋਰ ਕੋ ਕਰਿ ਕੁਲ ਐਕਟੀਵਿਟੀਜ਼ ਪਹਿਲਾਂ ਤੁਸੀਂ ਜਿੱਦਾਂ ਜੇ ਮੈਂ ਤੁਹਾਨੂੰ ਇਕੱਠਾ ਦੱਸਿਆ ਸਾਰਾ ਕਿਉਂਕਿ ਫਿਰ ਉਹ ਦੇ ਅਕੋਰਡਿੰਗ ਤੁਸੀਂ ਉਹਨਾਂ ਦੇ ਵਿੱਚ ਵੀ ਡਿਵਾਈਡ ਕਰ ਸਕਦੇ ਹੋ ਤੇ ਉਹਦੇ ਵਿੱਚ ਹੋਰ ਐਡੀਸ਼ਨ ਵੀ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ